ਜਿੱਥੇ ਪੂਰਾ ਦੇਸ਼ ਤੀਆਂ ਦਾ ਤਿਉਹਾਰ ਮਨਾ ਰਿਹਾ ਸਾਉਣ ਦੇ ਮਹੀਨੇ ਦੇ ਵਿੱਚ, ਉੱਥੇ ਹੀ ਅੱਜ ਪਟਿਆਲਾ ਦੇ ਵਿੱਚ ਇੱਕ ਐਸੀ ਧੀ ਪਹੁੰਚੀ ਹੋਈ ਹੈ ਜੋ ਕੈਂਸਰ ਨਾਲ ਪੀੜਤ ਹੈ ਤੇ ਜਿਹੜੀ ਧੀਆਂ ਉਹਨਾਂ ਨੂੰ ਮੋਟੀਵੇਟ ਕਰ ਰਹੀ ਹੈ ਸਾਡੇ ਨਾਲ। ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ 'ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ 'ਚ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਡਿੰਪਲ ਸਰਾਓ ਮੌਜੂਦ ਨੇ ਗੱਲਬਾਤ ਕਰ ਲਿਆ। ਮੈਮ, ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ, ਤੁਸੀਂ ਵੀ ਉੱਥੇ ਪਹੁੰਚੇ ਹੋ, ਕੁੜੀਆਂ ਨੂੰ ਮੋਟੀਵੇਟ ਕਰ ਰਹੇ ਹੋ ਸਾਰਿਆਂ ਨੂੰ, ਕੈਂਸਰ ਨਾਲ ਵੀ ਪੀੜਤ ਹੋ, ਅਤੇ ਕਿਸ ਤਰ੍ਹਾਂ ਸ਼ੁਰੂ ਹੋਇਆ ਤੁਹਾਡਾ ਸਟੇਜ, ਕਿਹੜੀ ਤੇ ਹੋ ਤੁਸੀਂ ਜਿਹੜੇ ਸਟੇਜ ਜਿਹੜੇ ਕੈਂਸਰ ਹੈ, ਕਿਉਂਕਿ ਇਹ ਬੜੀ ਖਤਰਨਾਕ ਬਿਮਾਰੀ ਹੈ। ਹਾਂਜੀ, ਮੈਂ ਦੱਸਣਾ ਚਾਹਾਂਗੀ, ਪਹਿਲਾਂ ਤਾਂ ਨਾਮ ਹੀ ਇਹਦਾ ਬੜਾ ਖਤਰਨਾਕ ਹੈ, ਕੈਂਸਰ। ਇਹਦਾ ਨਾਮ ਹੋਰ ਹੋਣਾ ਚਾਹੀਦਾ ਹੈ, ਜੋ ਮੇਰੀ ਦਿਲ ਦੀ ਇੱਛਾ, ਕਿਉਂਕਿ ਇਹ ਨਾਮ ਨੇ ਨਾ ਬਸ ਕਹਿ ਲਓ ਵੀ ਬਹੁਤ ਦੁਨੀਆਂ ਦੇ ਵਿੱਚ ਕਹਿਰ ਮਚਾਇਆ ਹੋਇਆ। ਹਾਂਜੀ, ਤੇ ਮੈਨੂੰ ਕੈਂਸਰ ਦੀ ਪ੍ਰੋਬਲਮ ਆਈ 2018 ਜੁਲਾਈ ਵਿੱਚ। ਸੋ ਮੈਂ ਟੀਚਰ ਸੀ ਸਕੂਲ ਦੇ ਵਿੱਚ, ਜਿਸਦੇ ਕਾਰਨ ਮੈਨੂੰ ਨੌਕਰੀ ਵੀ ਛੱਡਣੀ ਪਈ, ਤੇ ਇਹ ਅਚਾਨਕ ਹੀ ਮੈਨੂੰ ਪਤਾ ਚੱਲਿਆ, ਮਤਲਬ ਬਲੋਟਿੰਗ ਹੋ ਗਈ, ਮੇਰੇ ਪੇਟ ਵਿੱਚ ਬਹੁਤ ਪਾਣੀ ਭਰ ਗਿਆ। ਸੋ ਇਹ ਕਹਿੰਦੇ ਆ ਡਾਕਟਰਸ ਵੀ 9 ਮੰਥ ਹੋਏ ਤੁਹਾਡਾ ਜਿਹੜਾ ਪਾਣੀ ਹੈ ਉਹ ਭਰਿਆ ਪੇਟ ਵਿੱਚ। ਸੋ ਪਰ ਮੈਨੂੰ 1% ਵੀ ਇਲਮ ਨਹੀਂ ਹੋਇਆ, ਬਸ ਇਹਦਾ ਸਿਮਟਮ ਮੈਨੂੰ ਇਹ ਆਇਆ ਵੀ ਫੀਵਰ ਹੋਇਆ ਮੈਨੂੰ ਸਕੂਲ ਵਿੱਚ, 2-3 ਦਿਨ ਫੀਵਰ ਹੋਇਆ। ਤੇ ਨੈਚੁਰਲੀ ਜਦੋਂ ਫੀਵਰ ਹੁੰਦਾ ਤਾਂ ਡਾਇਗਨੋਸ ਕਰਨ ਲਈ ਤੁਹਾਨੂੰ ਵੱਡੇ ਹਸਪਤਾਲ 'ਚ ਜਾਣਾ ਪੈਂਦਾ। ਏਜ ਤੋਂ ਕਿਹੜੀ ਏਜ ਤੋਂ ਸ਼ੁਰੂ ਹੋਇਆ ਤੁਹਾਨੂੰ ਜਿਹੜਾ ਪਤਾ ਲੱਗਿਆ ਕਿ ਹਾਂ ਮੈਨੂੰ ਇਸ ਏਜ ਤੋਂ ਕਿ ਮੈਨੂੰ ਕੈਂਸਰ ਦੀ ਸਟੇਜ ਕਿਹੜੀ ਸੀ? ਹਾਂਜੀ, ਉਹ ਆਲਮੋਸਟ ਲਾਸਟ ਹੀ ਸਟੇਜ ਸੀਗੀ, ਤੇ ਮੈਨੂੰ 15% ਡਾਕਟਰ ਆਪਣਾ ਮੈਕਸ ਵਿੱਚ ਹੈਗੇ ਨੇ, ਉਹਨਾਂ ਨੇ ਕਿਹਾ ਵੀ ਸਿਰਫ ਤੁਸੀਂ 15% ਸਰਵਾਈਵਰ ਲੈ ਤੁਹਾਡਾ। ਤੇ ਬਟ ਮੇਰੇ ਫਾਦਰ ਸਾਹਿਬ ਨੇ ਬੜਾ ਵੱਡਾ ਰੋਲ ਅਦਾ ਕੀਤਾ, ਉਹ ਕਹਿੰਦੇ ਵੀ ਤੁਸੀਂ ਸਾਡੀ ਕੁੜੀ ਨੂੰ 15% ਹੀ ਲਓ ਪਰ ਇਲਾਜ ਸ਼ੁਰੂ ਕਰੋ। ਤੇ ਪਹਿਲੀ ਕੀਮੋ ਮੈਨੂੰ ਲੱਗੀ ਆਪਣਾ ਗੁੜਗਾਵਾਂ 40, ਤੇ ਆਫਟਰ ਦੈਟ ਉੱਥੇ ਮੈਨੂੰ ਥੋੜ੍ਹਾ ਜਿਹਾ ਠੀਕ ਮਹਿਸੂਸ ਨਹੀਂ ਹੋਇਆ, ਤੇ ਉਸ ਤੋਂ ਬਾਅਦ ਮੈਂ ਸਿੱਧਾ ਮੈਕਸ ਵਿੱਚ ਆਈ। ਤੇ ਮੈਕਸ ਵਿੱਚ ਮੈਂ ਕਹਿੰਦੀ ਹਾਂ ਵੀ ਰਿਤੇਸ਼ ਪ੍ਰੂਥੀ ਜੀ ਨੇ, ਡਾਕਟਰ ਜਿਨ੍ਹਾਂ ਨੇ ਮੇਰੀ ਸਰਜਰੀ ਕੀਤੀ ਤੇ ਮੈਨੂੰ ਇਸ ਚੀਜ਼ ਚੋਂ ਬਾਹਰ ਕੱਢਿਆ, ਤੇ ਗੌਤਮ ਗੋਇਲ ਜੀ ਹੈ ਜਿਨ੍ਹਾਂ ਨੇ ਮੈਨੂੰ ਕੀਮੋ ਦਿੱਤੀ। 6 ਮੰਥ ਮੇਰੀ ਕੀਮੋ ਚੱਲੀਆਂ ਤੇ ਮੈਂ ਇਸ ਸਟੇਜ ਦੇ ਵਿੱਚ ਆਈ ਕਿ ਮੈਂ ਬਾਹਰ ਆ ਗਈ। ਸਰ, ਇਹ ਮਾਂ ਪਿਓ ਨੂੰ ਹੁੰਦਾ ਕਿ ਮੇਰੀ ਧੀ ਹੈ ਤੇ ਇਸ ਤਰ੍ਹਾਂ ਦੀ ਬਿਮਾਰੀ ਲੱਗ ਚੁੱਕੀ ਹੈ ਤੇ
ਤੁਹਾਨੂੰ ਤੁਸੀਂ ਦੇਖਿਆ ਕਿ ਐਕਟਰੈਸ ਹੈ ਜਿਹੜੀ ਉਹਨੂੰ ਵੀ ਇਹ ਪ੍ਰੋਬਲਮ ਆ ਗਈ ਸੀ, ਤੇ ਯੁਵਰਾਜ ਸਿੰਘ ਵੀ ਇਸ ਬਿਮਾਰੀ ਤੋਂ ਜਿਹੜੇ ਲੜ ਕੇ ਆਏ ਨੇ, ਮਨੀਸ਼ਾ ਕੌਰ ਜਿਹੜੇ ਉਹ ਵੀ ਲੜ ਕੇ ਆਏ ਨੇ, ਪਰ ਅੱਜ ਸਾਰਿਆਂ ਦਾ ਇੱਕ ਮੋਟੀਵੇਸ਼ਨ ਬਣੇ ਹੋਏ ਨੇ ਲੋਕਾਂ ਵਾਸਤੇ, ਤੁਸੀਂ ਵੀ ਇਸ ਤਰ੍ਹਾਂ ਹੀ ਕਰਦੇ ਆ ਰਹੇ ਹੋ, ਤੇ ਲੱਗਦਾ ਨੀ ਕਿ ਮਾਂ ਪਿਓ ਨੂੰ ਬਹੁਤ ਜ਼ਿਆਦਾ ਦੁੱਖ ਹੋ ਰਿਹਾ? ਹਾਂਜੀ, ਮੇਰੇ ਮਦਰ ਨੇ ਮੇਰਾ ਇੰਨਾ ਸਾਥ ਦਿੱਤਾ ਕਿ ਮੈਨੂੰ ਪਤਾ ਹੀ ਨਹੀਂ ਚੱਲਦਾ ਸੀ ਆਫਟਰ ਕੀਮੋ ਕਿ ਮੈਂ ਕਦੋਂ ਆਪਣੇ ਵਾਸ਼ਰੂਮ ਦੇ ਵਿੱਚ ਜਾਂਦੀ ਤੇ ਮੈਂ ਬੇਹੋਸ਼ ਹੋ ਜਾਂਦੀ ਸੀ। ਵੋਮਿਟ ਤੇ ਲੂਜ਼ ਮੋਸ਼ਨਸ ਇੱਕੋ ਟਾਈਮ ਆਉਂਦੀਆਂ ਸੀ। ਮੈਨੂੰ ਪਤਾ ਮੈਂ ਇਸ ਚੀਜ਼ ਤੋਂ ਕਿੱਦਾਂ ਬਾਹਰ ਨਿਕਲੀ ਹਾਂ ਤੇ ਵਾਹਿਗੁਰੂ ਨੇ ਮੈਨੂੰ ਕਿੱਦਾਂ ਬਾਹਰ ਕੱਢਿਆ। ਮੈਂ ਆਲਵੇਜ਼ ਥੈਂਕਸ ਕਰਦੀ ਹਾਂ ਬਾਬਾ ਜੀ ਦਾ, ਆਪਣੇ ਪੇਰੈਂਟਸ ਦਾ ਤੇ ਆਪਣੇ ਫਰੈਂਡ ਸਰਕਲਸ ਦਾ, ਜਿਨ੍ਹਾਂ ਨੇ ਮੈਨੂੰ ਇੰਨਾ ਮੋਟੀਵੇਟ ਕੀਤਾ ਕਿ ਮੇਰਾ ਹਾਲ ਚਾਲ ਪੁੱਛਣਾ, ਮੇਰੇ ਘਰ ਆਉਣਾ, ਮੇਰਾ ਹੌਸਲਾ ਅਫਜ਼ਾਈ ਕਰਨੀ, ਤੇ ਮੈਂ ਸਭ ਦਾ ਥੈਂਕਸ ਕਰਨਾ ਚਾਹੁੰਦੀ ਹਾਂ। ਅਕਸਰ ਤੁਸੀਂ ਜਿਸ ਤਰ੍ਹਾਂ ਕਿ ਤੁਹਾਨੂੰ ਪ੍ਰੋਬਲਮ ਹੈ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਵਿਚਰਦੇ ਹੋ, ਉਹਨਾਂ ਨੂੰ ਮੋਟੀਵੇਟ ਕਰਦੇ ਹੋ, ਕਿਉਂਕਿ ਕਈ ਐਸੇ ਲੋਕ ਨੇ ਜਿਹੜੇ ਇਸ ਇਲਾਜ ਇਸਦਾ ਇਸ ਚੀਜ਼ ਦਾ ਕੈਂਸਰ ਦਾ ਇਲਾਜ ਹੀ ਨਹੀਂ ਕਰਾ ਸਕਦੇ ਹੈਗੇ। ਰੀਸੈਂਟ ਮੇਰੀ ਇੱਕ ਫਰੈਂਡ ਹੈ ਬਲਜਿੰਦਰ ਕੌਰ ਸੈਂਬੀ, ਉਹਨਾਂ ਨੂੰ ਸਿਰਫ 2 ਦਿਨ ਫੀਵਰ ਹੋਇਆ ਤੇ ਤੀਜੇ ਦਿਨ ਉਹ ਟਾਟਾ ਆਪਣਾ ਮੁੱਲਾਂਪੁਰ ਨੇ ਉੱਥੇ ਗਏ, ਸਿਰਫ ਡਾਇਗਨੋਸ ਹੋਇਆ, 3rd day ਉਹਨਾਂ ਦੀ ਡੈਥ ਹੋ ਜਾਂਦੀ ਹੈ। ਸੋ ਅੱਜ ਵੈਸੇ ਮੈਂ ਉਹਨਾਂ ਦੇ ਭੋਗ ਤੇ ਆਈ ਸੀ, ਤੇ ਪਰ ਨਾਲੇ ਤੀਆਂ ਦਾ ਵੀ ਫੈਸਟੀਵਲ ਸੀਗਾ, ਮੈਂ ਇੱਧਰ ਵੀ ਆਪਣਾ ਜ਼ਰੂਰ ਯੋਗਦਾਨ ਪਾਉਣਾ ਚਾਹੁੰਦੀ ਸੀ। ਸੋ ਮੈਂ ਆਪਣੀ ਲਾਈਫ ਨੂੰ ਬੇਹੱਦ ਇੰਜੋਏ ਕਰਦੀ ਹਾਂ। ਨਾਲੇ ਮੈਂ ਸਭ ਤੋਂ ਵੱਡਾ ਥੈਂਕਸ ਆਪਣੇ ਹਸਬੈਂਡ ਦਾ ਕਰਨਾ ਚਾਹੁੰਦੀ ਹਾਂ, ਮੇਰੇ ਹਸਬੈਂਡ ਤਨਵੀਰ ਸਿੰਘ ਸਰਾਓ ਜੀ, ਉਹਨਾਂ ਉਹ ਦਿੱਲੀ ਨੂੰ ਬਿਲੋਂਗ ਕਰਦੇ ਨੇ ਤੇ ਫਸਟ ਇਲਾਜ ਹੀ ਮੇਰਾ ਉਹਨਾਂ ਨੇ ਦਿੱਲੀ ਵਿੱਚ ਸ਼ੁਰੂ ਕਰਵਾਇਆ, ਤੇ ਅੱਜ ਮੈਂ ਉਹਨਾਂ ਲਈ ਮਤਲਬ ਬਹੁਤ ਹੀ ਗੁੱਡ ਬਲੈਸਿੰਗਸ ਦੇਣਾ ਚਾਹੁੰਦੀ ਹਾਂ। ਹਰ ਪਲ ਮੇਰੇ ਨਾਲ ਹੁੰਦੇ ਨੇ, ਕਿਸੇ ਚੀਜ਼ ਤੋਂ ਮੈਨੂੰ ਉਹਨਾਂ ਨੇ ਅੱਜ ਤੱਕ ਰੋਕਿਆ ਨਹੀਂ। ਉਹਨਾਂ ਨੇ ਇਹ ਕਿਹਾ ਵੀ ਡਿੰਪਲ ਤੂੰ ਆਪਣੀ ਲਾਈਫ ਨੂੰ ਬੇਹੱਦ ਇੰਜੋਏ ਕਰ, ਬੇਹੱਦ ਜਿੰਨਾ ਹੋ ਸਕਦਾ। ਉਹ ਤੇ ਤੁਸੀਂ ਲੱਗ ਹੀ ਰਿਹਾ ਕਿਉਂਕਿ ਅੱਜ ਦੇਖ ਰਹੇ ਕਿ ਨੱਚ ਰਹੇ ਹੋ, ਵਧੀਆ ਡਾਂਸ ਕਰ ਰਹੇ ਹੋ, ਇੱਕ ਲੱਗ ਨਹੀਂ ਰਿਹਾ ਕਿ ਤੁਸੀਂ ਪੇਸ਼ੈਂਟ ਹੋ ਇੱਕ ਤੇ ਇਸ ਬਿਮਾਰੀ ਨਾਲ ਪੀੜਤ ਹੋ। ਮੈਮ ਕਿਸ ਤਰ੍ਹਾਂ ਹੁਣ ਕਿਹੜੀ ਸਟੇਜ ਤੇ, ਕਿਉਂਕਿ 15% ਤੋਂ ਬਹੁਤ ਕ੍ਰਿਟੀਕਲ ਹੁੰਦੀ ਹੈ, ਤੇ ਹੁਣ ਡਾਕਟਰ ਕੀ ਕਹਿੰਦੇ ਨੇ? ਹਾਂਜੀ, ਹੁਣ ਤਾਂ ਵੈਸੇ ਕਾਫੀ ਸਾਲ ਹੋ ਗਏ ਹੈ ਤੇ, ਬਟ ਮੈਂ ਆਪਣਾ ਚੈੱਕਅਪ 6 ਮੰਥ ਬਾਅਦ, ਪਹਿਲਾਂ 3 ਮੰਥ ਬਾਅਦ ਹੁੰਦਾ ਸੀ, ਹੁਣ 6 ਮੰਥ ਬਾਅਦ ਕਰਾਉਂਦੀ ਆਉਂਦੀ ਹਾਂ। ਇਹ ਤਾਂ ਬਲੱਡ ਸੈਂਪਲ ਦਾ ਟੈਸਟ ਹੁੰਦਾ, ਇਹਦਾ ਨਾਮ ਹੈਗਾ CA125। ਇਹ 0 ਤੋਂ 35 ਦੇ ਵਿੱਚ ਹੋਣਾ ਚਾਹੀਦਾ, ਤੇ ਜਦੋਂ ਮੈਨੂੰ ਫਸਟ ਟਾਈਮ ਡਿਟੈਕਟ ਹੋਇਆ ਕੈਂਸਰ ਤੇ ਇਹ ਸੀਗਾ 1044। ਸੋ ਹੁਣ ਮੈਂ ਕਦੇ 12 ਹੁੰਦਾ ਹੈ, ਕਦੇ 11 ਹੁੰਦਾ ਹੈ, ਤੇ ਮੈਂ CA125 ਟੈਸਟ ਜਿਹੜਾ ਉਹ ਹਮੇਸ਼ਾ ਕਰਵਾਉਂਦੀ ਰਹਿੰਦੀ ਹਾਂ। ਡਾਕਟਰ ਕੀ ਕਹਿੰਦੇ ਨੇ ਹੁਣ, ਡਾਕਟਰਾਂ ਨੇ ਕੀ ਦੱਸਿਆ, ਕੀ ਸੁਜੈਸ਼ਨ ਕੀਤੀ? ਤਾਂ ਮੈਨੂੰ ਇਹ ਕਹਿੰਦੇ ਨੇ ਵੀ ਹੁਣ ਤੂੰ ਟੈਸਟ ਵੀ ਕਰਵਾਉਣਾ ਛੱਡ ਦੇ, ਤੇ ਬਟ ਤੁਹਾਨੂੰ ਪਤਾ ਇਹਦਾ ਫੀਅਰ ਬਹੁਤ ਜ਼ਿਆਦਾ, ਇਹਦਾ ਇੰਨਾ ਫੀਅਰ ਹੈ ਕਿ ਬਸ ਤੁਹਾਨੂੰ ਮੈਂ ਦੱਸਿਆ ਨਾਮ ਤੋਂ ਹੀ ਫੀਅਰ ਬਹੁਤ ਜ਼ਿਆਦਾ ਹੁੰਦਾ। ਪਰ ਮੈਂ ਕੋਸ਼ਿਸ਼ ਕਰ ਰਹੀ ਹਾਂ ਵੀ ਮੈਂ ਆਪਣੇ ਰੂਟੀਨ ਚੈੱਕਅਪ ਨੂੰ ਕੰਟੀਨਿਊ ਰੱਖਾਂ ਆਲਵੇਜ਼, ਮੈਂ ਇਹਨੂੰ ਮਿਸ ਨਹੀਂ ਕਰਨਾ ਚਾਹੁੰਦੀ। ਜਿਸ ਤਰ੍ਹਾਂ ਤੁਸੀਂ ਇੱਕ ਮੋਟੀਵੇਸ਼ਨਲ ਹੋ ਤੇ ਲੋਕਾਂ ਨੂੰ, ਜਿਹੜੇ ਲੋਕ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਹਾਂਜੀ, ਮੈਂ ਆਪਣੀਆਂ ਭੈਣਾਂ, ਆਪਣੇ ਬ੍ਰਦਰਸ ਜਾਂ ਆਪਣੇ ਵੱਡੇ ਐਲਡਰਸ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਪਣਾ 6 ਮਹੀਨੇ ਬਾਅਦ ਰੂਟੀਨ ਚੈੱਕਅਪ ਜ਼ਰੂਰ ਕਰਾਓ, ਖਾਸ ਕਰ ਲੇਡੀਜ਼। ਓਵਰੀ ਮੇਰਾ ਓਵੇਰੀਅਨ ਕੈਂਸਰ ਸੀ ਤੇ ਜਿਹਦੇ ਵਿੱਚ ਕਿ ਮੇਰਾ ਸਾਰਾ ਕੁਛ ਹੀ ਉਹਨਾਂ ਨੇ ਕੱਢ ਦਿੱਤਾ, ਰਾਈਟ ਓਵਰੀ, ਲੈਫਟ ਓਵਰੀ, ਯੂਟਰਸ, ਸਭ ਕੁਛ ਉਹਨਾਂ ਨੇ ਕੱਢ ਦਿੱਤਾ। ਪਰ ਮੈਂ ਮੈਕਸ ਦਾ ਇਸ ਲਈ ਵੀ ਥੈਂਕਸ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਮੈਨੂੰ 1/2 ਇੰਚ ਕਹਿ ਲਓ ਵੀ ਪੇਨ ਨਹੀਂ ਹੋਣ ਦਿੱਤੀ, 1% ਵੀ ਉਹਨਾਂ ਨੇ ਮੈਨੂੰ ਪੇਨ ਨਹੀਂ ਹੋਣ ਦਿੱਤੀ, ਵੀ ਇੰਨੇ ਵਧੀਆ ਮੈਨੂੰ ਮੈਡੀਸਨ ਦਿੱਤੇ, ICU 'ਚ ਮੈਨੂੰ 3 ਦਿਨ ਰੱਖਿਆ ਤੇ 10 ਤੋਂ 15 ਦਿਨ ਤੱਕ ਮੈਂ ਆਪਣਾ ਮੈਕਸ ਵਿੱਚ ਹੀ ਰਹੀ। ਤੇ ਮੈਂ ਥੈਂਕਸ ਆਪਣੇ ਮਾਸੀ ਜੀ ਦਾ ਵੀ ਕਰਨਾ ਚਾਹੁੰਦੀ ਹਾਂ, ਹਰਜਿੰਦਰ ਗਿੱਲ, ਜਿਹੜੇ ਮੇਰੇ ਲਈ LA ਤੋਂ ਆਏ, ਜਿਹੜੀ ਉਹਨਾਂ ਨੇ ਮੇਰੀ ਸਰਜਰੀ ਦੌਰਾਨ ਬੇਹੱਦ ਜ਼ਿਆਦਾ ਉਹਨਾਂ ਨੇ ਮੈਨੂੰ ਹੈਲਪ ਕੀਤਾ ਤੇ ਉਹ ਮੇਰੇ ਨਾਲ ਹੀ ਰਹੇ ਹਸਪੀਟਲ ਵਿੱਚ। ਸੋ ਜਿਸ ਤਰ੍ਹਾਂ ਕਿ ਅਕਸਰ ਹੀ ਦੇਖਿਆ ਜਾਂਦਾ ਕਿ ਲੇਡੀਜ਼ ਦੇ ਵਿੱਚ ਬ੍ਰੈਸਟ ਕੈਂਸਰ ਸਭ ਤੋਂ ਜ਼ਿਆਦਾ ਫੈਲ ਰਿਹਾ,
ਇਸ ਨੂੰ ਫਿਰ ਕਿਸ ਤਰ੍ਹਾਂ ਰੋਕ ਸਕਦਾ ਬੰਦਾ ਕਿ ਕਿਸ ਤਰ੍ਹਾਂ ਕੋਈ ਇਸਦਾ ਇਲਾਜ ਸਟੇਜ ਦਾ ਪਤਾ ਲੱਗ ਜਾਂਦਾ ਕਿ ਕਿਸ ਸਟੇਜ ਤੋਂ ਸ਼ੁਰੂ ਹੋ ਰਿਹਾ? ਹਾਂਜੀ, ਬ੍ਰੈਸਟ ਕੈਂਸਰ ਦਾ ਥੋੜਾ ਪਤਾ ਲੱਗ ਜਾਂਦਾ ਹੈ। ਸਾਨੂੰ ਸਿੰਪਲ ਇੱਕ ਆਇਲ ਨਾਲ ਆਪਣੀ ਬ੍ਰੈਸਟ ਦੇ ਉੱਤੇ ਮਸਾਜ ਕਰਨੀ ਚਾਹੀਦੀ ਹੈ, ਉਸ ਤੋਂ ਪਤਾ ਲੱਗਦਾ ਹੈ ਕੋਈ ਗਿਲਟੀ ਨਾ ਹੋਏ। ਇਹ ਸਭ ਤੋਂ ਵੱਡਾ ਇਹਦਾ ਪਹਿਲਾ ਸਟੈਪ ਹੈ ਜੋ ਸਾਨੂੰ ਹਰ ਇੱਕ ਲੇਡੀ ਨੂੰ ਕਰਨਾ ਚਾਹੀਦਾ ਇਹ ਸਟੈਪ, ਤਾਂ ਜੋ ਤੁਸੀਂ ਅਰਲੀ ਸਟੇਜ ਵਿੱਚ ਵੀ ਇਸ ਨੂੰ ਡਿਟੈਕਟ ਕਰਵਾ ਸਕੋ। ਤੁਸੀਂ ਦੇਖਿਆ ਕਿ ਅੱਜ ਤੀਆਂ ਦਾ ਤਿਉਹਾਰ ਵੀ ਮਨਾਇਆ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ, ਤੇ ਨਾਲ ਹੀ ਉੱਥੇ ਕੈਂਸਰ ਪੀੜਤ ਜਿਹੜੇ ਹੈਗੇ ਡਿੰਪਲ ਸਰਾਓ ਜੀ ਉਹ ਪਹੁੰਚੇ ਨੇ, ਤੇ ਜਿਹੜੇ ਕੁੜੀਆਂ ਨੇ ਤੇ ਲੇਡੀਜ਼ ਨੇ ਉਹਨਾਂ ਨੂੰ ਮੋਟੀਵੇਟ ਕਰਦੇ ਹੋਏ ਨਜ਼ਰ ਆ ਰਹੇ ਨੇ, ਤੇ ਇਸ ਤਰ੍ਹਾਂ ਕਿਹਾ ਕਿ ਇਸਦੇ ਕੈਂਸਰ ਨੂੰ ਇਸਦੇ ਨਾਲ ਲੜਨਾ ਚਾਹੀਦਾ ਹੈ, ਨਾ ਕਿ ਇਸ ਤੋਂ ਡਰਨਾ ਚਾਹੀਦਾ ਹੈ। ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਘੁੰਮਦੀ ਰਿਪੋਰਟ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।